ਧਾਰਮਿਕ ਗ੍ਰੰਥਾਂ ਨੂੰ ਕਦੇ ਲੜਦੇ ਨਹੀਂ ਦੇਖਿਆ ਤੇ ਜਿਹੜੇ ਇਹਨਾਂ ਦੇ ਨਾਮ ਤੇ ਲੜਦੇ ਨੇ ਉਹਨਾਂ ਨੂੰ ਕਦੇ ਪੜਦੇ ਨਹੀਂ ਵੇਖਿਆ। ਇਹਦੇ ਨਾਲ 100% ਨਫ਼ਰਤ ਜਿਹੜੀ ਆ ਉਹ ਘਟੇਗੀ, ਬਿਲਕੁਲ ਵਧੇਗੀ ਨਹੀਂ, ਘਟੇਗੀ 100%। ਔਰ ਲੋਕ ਆਪਸ 'ਚ ਪਹਿਲਾਂ ਇਹਨਾਂ ਨੂੰ ਵੱਧ ਕੇ ਆਪਸ 'ਚ ਗੱਲ ਵਕੜੀ ਪਾਉਣਗੇ ਤਾਂ ਫਾਇਦਾ ਹੀ ਹੋਏਗਾ। ਕੁਛ ਲੋਕ ਧਰਮ ਦੇ ਨਾਂ 'ਤੇ ਰਾਜਨੀਤੀ ਕਰਨਾ ਚਾਹੁੰਦੇ ਨੇ। ਦੇਖੋ ਧਰਮੀ ਲੋਕ ਤਾਂ ਅੱਜ ਵੀ ਨਹੀਂ ਲੜਦੇ ਜੀ, ਸਿਆਸੀ ਲੋਕ ਲੜਦੇ ਨੇ। ਮੈਂ ਧਾਰਮਿਕ ਗ੍ਰੰਥਾਂ ਨੂੰ ਕਦੇ ਲੜਦੇ ਨਹੀਂ ਦੇਖਿਆ ਤੇ ਜਿਹੜੇ ਇਹਨਾਂ ਦੇ ਨਾਮ ਤੇ ਲੜਦੇ ਨੇ ਉਹਨਾਂ ਨੂੰ ਕਦੇ ਪੜਦੇ ਨਹੀਂ ਵੇਖਿਆ। ਡੇਲੀ ਪੋਸਟ ਪੰਜਾਬੀ ਦੇਖ ਰਹੇ ਤਮਾਮ ਦਰਸ਼ਕਾਂ ਦਾ ਮੈਂ ਸੁਮਨ ਜੇਟਲੀ ਸਵਾਗਤ ਕਰਦੀ ਹਾਂ ਤੇ ਇਸ ਵੇਲੇ ਡੇਲੀ ਪੋਸਟ ਪੰਜਾਬੀ ਦੀ ਟੀਮ ਮੌਜੂਦ ਹੈ ਲੁਧਿਆਣਾ ਜਾਮਾ ਮਸਜਿਦ ਦੇ ਬਾਹਰ, ਜਿੱਥੇ ਮੁਸਲਿਮ ਭਾਈਚਾਰੇ ਦੇ ਵੱਲੋਂ ਇੰਟਰਨੈਸ਼ਨਲ ਜਿਹੜਾ ਇੱਥੇ ਨਗਰ ਕੀਰਤਨ ਗੁਰੂ ਨਾਨਕ ਪਾਤਸ਼ਾਹ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਜਿਹੜਾ ਨਗਰ ਕੀਰਤਨ ਅੱਜ ਲੁਧਿਆਣੇ ਸ਼ਿਰਕਤ ਕਰਨ ਜਾ ਰਿਹਾ ਹੈ। ਮੁਸਲਿਮ ਭਾਈਚਾਰੇ ਵੱਲੋਂ ਉਸ ਨਗਰ ਕੀਰਤਨ ਦੇ ਲਈ ਜਿਹੜਾ ਹੈ ਸਿੱਖ ਸੰਗਤਾਂ ਦੇ ਸਵਾਗਤ ਦੇ ਲਈ ਇੱਥੇ ਤਿਆਰੀ ਕੀਤੀ ਗਈ ਹੈ। ਤਿਆਰੀ ਦੀ ਤਸਵੀਰ ਤੁਹਾਨੂੰ ਦਿਖਾ ਦਿੰਦੇ ਹਾਂ। ਮੁਸਲਿਮ ਭਾਈਚਾਰੇ ਵੱਲੋਂ ਸਿੱਖ ਭਾਈਚਾਰੇ ਨੂੰ ਗੁਰੂ ਨਾਨਕ ਪਾਤਸ਼ਾਹ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ 'ਤੇ ਮੁਬਾਰਕਬਾਦ ਦਿੱਤੀ ਜਾ ਰਹੀ ਹੈ ਅਤੇ ਉਹਨਾਂ ਦੇ ਸਵਾਗਤ ਦੇ ਲਈ ਇੱਥੇ ਬੜੀ ਹੀ ਖੂਬਸੂਰਤੀ ਦੇ ਨਾਲ ਤਿਆਰੀ ਕੀਤੀ ਜਾ ਰਹੀ ਹੈ। ਇਸ ਵੇਲੇ ਤਸਵੀਰ ਇਹ ਬਿਆਨ ਕਰ ਰਹੀ ਹੈ ਕਿ ਹਰ ਮੁਸਲਿਮ ਵੀਰ ਜਿਹੜਾ ਹੈ ਸਵਾਗਤ ਦੇ ਲਈ ਉਤਾਵਲਾ ਹੈ ਅਤੇ ਤਿਆਰੀਆਂ ਦੇ ਵਿੱਚ ਜਿਹੜੇ ਨੇ ਇਹ ਵੀਰ ਜੁਟੇ ਹੋਏ ਨੇ। ਗੁਰੂ ਨਾਨਕ ਪਾਤਸ਼ਾਹ ਨੇ ਜਿਹੜਾ ਸਾਂਝੀ ਵਾਰਤਾ ਦਾ ਸੁਨੇਹਾ ਦਿੱਤਾ ਹੈ ਉਹ ਅੱਜ ਇਸ ਤਰ੍ਹਾਂ ਪ੍ਰਤੀਕ ਹੋ ਰਿਹਾ ਕਿ ਲੋਕਾਂ ਦੇ ਦਿਲਾਂ ਦੇ ਵਿੱਚ ਅੱਜ ਵੀ ਉਹ ਸੁਨੇਹਾ ਘਰ ਕੀਤਾ ਹੋਇਆ। ਗੱਲਬਾਤ ਇੱਥੇ ਕਰ ਲੈਂਦੇ ਹਾਂ ਮੁਹੰਮਦ ਉਸਮਾਨ ਜੀ ਦੇ ਨਾਲ ਤੇ ਜਾਣ ਲੈਂਦੇ ਹਾਂ ਕਿ ਕੀ ਇਤਿਹਾਸ ਕੀ ਕਹਿੰਦਾ ਹੈ, ਗੁਰੂ ਨਾਨਕ ਪਾਤਸ਼ਾਹ ਦੇ ਸੁਨੇਹੇ ਕੀ ਕਹਿੰਦੇ ਨੇ ਤੇ ਇਹਨਾਂ ਲਈ ਉਹਨਾਂ ਦੇ ਕੀ ਮਾਇਨੇ ਨੇ। ਬਾਬਾ ਨਾਨਕ ਸਭ ਦਾ ਸਾਂਝਾ ਹੈ, ਇਹ ਸਾਰੀ ਦੁਨੀਆ ਬਾਬੇ ਨਾਨਕ ਦੀ ਹੈ। ਇਸ ਗੱਲ ਦੀ ਅੱਜ ਬੜੀ ਹੀ ਖੂਬਸੂਰਤ ਮਿਸਾਲ ਤੁਹਾਨੂੰ ਦਿਖਾਉਣ ਜਾ ਰਹੇ ਹਾਂ। ਲੁਧਿਆਣਾ ਵਿਖੇ ਜਾਮਾ ਮਸਜਿਦ ਦੇ ਬਾਹਰ ਮੌਜੂਦ ਹਾਂ ਅਸੀਂ, ਜਿੱਥੇ ਮੁਸਲਿਮ ਭਾਈਚਾਰੇ ਵੱਲੋਂ ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸਿੱਖ ਭਾਈਚਾਰੇ ਨੂੰ ਮੁਬਾਰਕਬਾਦ ਦਿੱਤੀ ਜਾ ਰਹੀ ਹੈ ਅਤੇ ਇਹ ਮੁਬਾਰਕਬਾਦ ਦਾ ਰੂਪ ਬੜਾ ਸੋਹਣਾ ਹੈ। ਕਿਸ ਤਰ੍ਹਾਂ ਤੁਹਾਨੂੰ ਅੱਜ ਗੱਲਬਾਤ ਦੇ ਰਾਹੀਂ ਪਤਾ ਲੱਗੇਗਾ। ਮੇਰੇ ਨਾਲ ਮੁਹੰਮਦ ਉਸਮਾਨ ਮੌਜੂਦ ਨੇ ਜਿਨ੍ਹਾਂ ਨੇ ਗੁਰੂ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ 'ਤੇ ਸਿੱਖ ਸੰਗਤਾਂ ਦੇ ਲਈ ਦੇ ਸਵਾਗਤ ਦੇ ਲਈ ਅਤੇ ਉਹਨਾਂ ਨੂੰ ਵਧਾਈ ਦੇਣ ਦੇ ਲਈ ਇੱਥੇ ਇਕੱਠ ਜਿਹੜਾ ਤੁਸੀਂ ਦੇਖ ਸਕਦੇ ਹੋ ਗੱਲਬਾਤ ਕਰ ਲੈਂਦੇ ਹਾਂ। ਬਾਬੇ ਨਾਨਕ ਦੇ ਸੰਦੇਸ਼ ਦੀ ਗੱਲ ਕਰਦੇ ਹਾਂ, ਜਿਹੜੀ ਕੀ ਕਹਿੰਦੇ ਹੋ ਤੁਸੀਂ, ਕੀ ਇਤਿਹਾਸ ਕਹਿੰਦਾ ਬਾਬਾ ਨਾਨਕ ਕੀ ਕਹਿੰਦਾ? ਬਿਸਮਿਲ੍ਲਾਹਿ ਰਹਿਮਾਨ ਰਹੀਮ, ਸ਼ੁਰੂ ਕਰਦਾ ਹਾਂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਅਤੇ ਨਿਹਾਇਤ ਰਹਿਮ ਕਰਨ ਵਾਲਾ। ਅੱਜ ਸਾਡੇ ਲਈ ਬੜੇ ਖੁਸ਼ੀ ਅਤੇ ਮਾਣ ਦੀ ਗੱਲ ਹੈ ਕਿ ਪੀਰ ਬਾਬਾ ਨਾਨਕ ਸਾਹਿਬ ਜਿਹਨਾਂ ਨੂੰ ਧੰਨ ਧੰਨ ਗੁਰੂ ਨਾਨਕ ਦੇਵ ਜੀ ਤੋਂ ਸਮੂਹ ਸੰਗਤਾਂ ਜਿਹੜੀਆਂ ਸ਼ੁਰੂ ਤੋਂ ਅਕੀਦਤ ਇਹਤਰਾਮ ਦਿੰਦੀਆਂ ਆ ਰਹੀਆਂ ਨੇ, ਉਹਨਾਂ ਦਾ 550ਵਾਂ ਪ੍ਰਕਾਸ਼ ਪੁਰਬ ਜਿਹੜਾ ਹੈ ਉਹ ਪੂਰੇ ਵਿਸ਼ਵ ਦੇ ਵਿੱਚ ਮਨਾਇਆ ਜਾ ਰਿਹਾ ਅਤੇ ਅੱਜ ਜਿਹੜਾ ਪਾਕਿਸਤਾਨ ਨਨਕਾਣਾ ਸਾਹਿਬ ਤੋਂ ਜਿਹੜਾ ਨਗਰ ਕੀਰਤਨ ਆ ਰਿਹਾ ਉਹ ਲੁਧਿਆਣਾ ਜਾਮਾ ਮਸਜਿਦ ਦੇ ਸਾਹਮਣੇ ਵੀ ਲੰਘੇਗਾ। ਹਜ਼ਾਰਾਂ ਮੁਸਲਮਾਨ ਉਹਦਾ ਇਸਤਕਬਾਲ ਕਰਨ ਲਈ ਇੱਥੇ ਮੌਜੂਦ ਨੇ। ਅਸੀਂ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਬਾਬਾ ਨਾਨਕ ਜੀ ਨੇ ਜਿਹੜਾ ਪੈਗਾਮ ਦਿੱਤਾ ਹੈ ਕਿ ਸਾਂਝੀ ਵਾਰਤਾ ਦਾ ਉਹ ਇੱਕ ਵਾਰੀ ਫਿਰ ਸਾਹਮਣੇ ਆਵੇ ਲੋਕਾਂ ਦੇ ਅਤੇ ਲੋਕਾਂ 'ਚ ਆਪਸ ਦੇ ਵਿੱਚ ਪਿਆਰ ਮੁਹੱਬਤ ਵੜੇ, ਗੱਲ ਵਕੜੀ ਪਾਈ ਜਾਏ। ਜਿਸ ਤਰ੍ਹਾਂ ਅਸੀਂ ਸਭ ਜਾਣਦੇ ਹਾਂ ਕਿ ਭਾਈ ਮਰਦਾਨੇ ਨੇ ਵੀ ਆਪਣੇ ਆਖਰੀ ਸਾਹਾਂ ਦੇ ਦੌਰਾਨ ਬਾਬੇ ਨਾਨਕ ਤੋਂ ਇੱਕੋ ਗੱਲ ਮੰਗੀ ਸੀ ਕਿ ਆਪਸ ਦੇ ਵਿੱਚ ਜਿਹੜਾ ਭਾਈਚਾਰਾ ਹੈ, ਜਿਵੇਂ ਸਿੱਖ ਭਾਈ ਨੇ ਜਾਂ ਮੁਸਲਿਮ ਵੀਰ ਨੇ ਜਾਂ ਹਿੰਦੂ ਵੀਰ ਨੇ, ਆਪਸ ਵਿੱਚ ਮਿਲ ਵਰਤ ਕੇ ਰਹਿਣ, ਮਤਲਬ ਕੋਈ ਲੜਾਈ ਦਾ ਸੰਦੇਸ਼ ਕਦੀ ਵੀ ਨਹੀਂ ਦਿੱਤਾ ਗਿਆ। ਪਰ ਜਿਹੜੇ ਲੋਕ ਧਰਮ ਗ੍ਰੰਥਾਂ ਦੇ ਨਾਮ 'ਤੇ ਲੜਦੇ ਨੇ ਉਹਨਾਂ ਨੂੰ ਮੈਂ ਕਦੀ ਧਰਮ ਗ੍ਰੰਥ ਪੜ੍ਹਦੇ ਨਹੀਂ ਵੇਖਿਆ।
ਅੱਜ ਅਸਲ 'ਚ ਨਾ ਕੁਛ ਲੋਕ ਧਰਮ ਦੇ ਨਾਂ 'ਤੇ ਰਾਜਨੀਤੀ ਕਰਨਾ ਚਾਹੁੰਦੇ ਨੇ, ਲੇਕਿਨ ਅਗਰ ਬਾਬਾ ਨਾਨਕ ਜੀ ਔਰ ਮਰਦਾਨਾ ਜੀ ਦੇ ਤਾਲੁਕਾਤ ਨੂੰ ਅਸੀਂ ਦੇਖਦੇ ਹਾਂ ਤਾਂ ਮਰਦਾਨਾ ਜੀ ਨੇ ਕਿਹਾ ਸੀ ਕਿ ਬਾਬਾ ਜੀ ਮੈਨੂੰ ਅਸੀਸ ਦਿਓ ਕਿ ਮੇਰੀ ਤੁਹਾਡੀ ਨਿਭ ਜਾਏ। ਉਹਨਾਂ ਦਾ ਮਕਸਦ ਇਹ ਸੀ ਕਿ ਦੁਨੀਆ 'ਚ ਜਿਹੜੇ ਮੁਸਲਮਾਨ ਵੱਸਦੇ ਨੇ ਅਤੇ ਸਿੱਖ ਭਾਈਚਾਰਾ ਜਿਹੜਾ ਵੱਸਦਾ, ਇਹਨਾਂ ਦੇ ਆਪਸ ਦੇ ਵਿੱਚ ਬਹੁਤ ਚੰਗੀ ਤਰ੍ਹਾਂ ਨਿਭੇ। ਇਹੀ ਮਕਸਦ ਮੁਸਲਮਾਨਾਂ ਦਾ ਵੀ ਹੈ। ਅਸੀਂ ਸਿਰਫ ਇਹ ਨਹੀਂ ਚਾਹੁੰਦੇ ਕਿ ਸਿੱਖਾਂ ਨਾਲ ਵਧੀਆ ਨਿਭੇ, ਮੁਸਲਮਾਨਾਂ ਦਾ ਵੀ ਇਹੀ ਮਕਸਦ ਹੈ ਕਿ ਮੁਸਲਮਾਨ, ਹਿੰਦੂ, ਸਿੱਖ, ਈਸਾਈ, ਦਲਿਤ, ਜੈਨੀ ਜਿੰਨੇ ਵੀ ਭਾਈਚਾਰੇ ਭਾਰਤ ਦੇਸ਼ ਦੇ ਵਿੱਚ ਵੱਸਦੇ ਨੇ, ਉਹ ਨਾਨਕ ਦੀ ਧਰਤੀ ਹੈ। ਇਹ ਧਰਤੀ ਨਾਨਕ ਦੀ ਧਰਤੀ ਹੈ। ਇੱਥੇ ਦੇ ਵਸਣ ਵਾਲਿਆਂ ਦੇ ਦਿਲਾਂ 'ਚ ਨਫ਼ਰਤ ਨਹੀਂ ਹੋਣੀ ਚਾਹੀਦੀ, ਮੁਹੱਬਤ ਹੋਣੀ ਚਾਹੀਦੀ। ਅੱਜ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਨਗਰ ਕੀਰਤਨ ਲੁਧਿਆਣੇ ਸ਼ਹਿਰ ਵੱਲ ਆ ਰਿਹਾ ਹੈ, ਇੱਥੋਂ ਗੁਜ਼ਰੇਗਾ ਨਗਰ ਕੀਰਤਨ, ਉਹਦੀ ਤਿਆਰੀ ਤੁਸੀਂ ਇੱਥੇ ਕੀਤੀ ਹੈ ਜਿੱਥੇ ਤੁਸੀਂ ਸਿੱਖ ਸੰਗਤਾਂ ਨੂੰ ਮੁਬਾਰਕਬਾਦ ਦਿੱਤੀ ਹੈ, ਇੱਥੇ ਸਟਾਲ ਲਗਾਏ ਨੇ, ਕੀ ਖਾਸ ਤਿਆਰੀਆਂ? ਅਸੀਂ ਸਿੱਖ ਸੰਗਤਾਂ ਦੇ ਲਈ ਪਹਿਲਾਂ ਤਾਂ ਗੁਰੂ ਸਾਹਿਬ ਦੀ ਪਾਲਕੀ ਆ ਰਹੀ ਹੈ, ਜੋ ਬੜੀ ਬਾਤ ਹੈ, ਜਿਹੜੀ ਪਾਕਿਸਤਾਨ ਤੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਆਇਆ ਅਤੇ ਉਹ ਪੂਰੇ ਹਿੰਦੁਸਤਾਨ ਤੋਂ ਹੁੰਦਾ ਇੱਥੇ ਪਹੁੰਚੇਗਾ। ਉਹਨਾਂ ਲਈ ਰੁਮਾਲਾ ਸਾਹਿਬ ਪੇਸ਼ ਕੀਤਾ ਜਾਏਗਾ ਅਤੇ ਫੁੱਲਾਂ ਦੀ ਵਰਖਾ ਜਿਹੜੀ ਹੈ ਮੁਸਲਮਾਨ ਭਰਾ ਕਰਨਗੇ ਅਤੇ ਅਸੀਂ ਪਾਣੀ ਦਾ ਪ੍ਰਬੰਧ ਕੀਤਾ, ਜ਼ਿਆਦਾਤਰ ਪਾਣੀ ਦੀ ਬੋਟਲਾਂ ਦਾ, ਬਿਸਕਿਟ ਵਗੈਰਾ ਔਰ ਦੇਗ ਜਿਹੜੀ ਹੈ ਆਪਣੀ ਕੜਾਹ ਮਿੱਠੇ ਦੀ ਦੇਗ ਜਿਹੜੀ ਹੈ ਉਹ ਕਈ ਲਾਈਆਂ ਗਈਆਂ, ਉਹ ਸੰਗਤਾਂ ਨੂੰ ਵਰਤਾਈਆਂ ਜਾਣਗੀਆਂ। ਔਰ ਇਸ ਗੱਲ ਦਾ ਖਿਆਲ ਰੱਖਿਆ ਜਾਏਗਾ ਕਿ ਕਿਸੇ ਨੂੰ ਵੀ ਕੋਈ ਤਕਲੀਫ ਨਾ ਹੋਏ, ਟ੍ਰੈਫਿਕ ਵੀ ਨੋਰਮਲੀ ਚੱਲਦੀ ਰਹੇ, ਕੋਈ ਐਂਬੂਲੈਂਸ ਵੀ ਨਾ ਫਸੇ, ਤਾਂ ਕਿ ਲੋਕਾਂ ਦੇ ਨਾਲ ਪਿਆਰ ਮੁਹੱਬਤ ਜਿਹੜਾ ਵਧਾਇਆ ਜਾ ਸਕੇ, ਕੋਈ ਪਰੇਸ਼ਾਨੀ ਨਾ ਹੋਏ, ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾਏ। ਕਿਉਂਕਿ ਦੀਵਾਲੀ ਵੀ ਆ ਰਹੀ ਹੈ, ਲੋਕ ਵੈਸੇ ਹੀ ਦੀਵਾਲੀ ਕਰਕੇ ਵੀ ਅਤੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਵੀ ਲੋਕ ਬਹੁਤ ਉਤਸ਼ਾਹਿਤ ਨੇ, ਤਾਂ ਤੁਹਾਡੇ ਵੱਲੋਂ ਕੀ ਸੰਦੇਸ਼ ਹੈ ਲੋਕਾਂ? ਮੈਂ ਇਹ ਕਹਿਣਾ ਚਾਹੁੰਦਾ ਕਿ 550 ਸਾਲ ਦੇ ਮੌਕੇ 'ਤੇ ਅਸੀਂ ਸਭ ਨੇ ਰਲ ਮਿਲ ਕੇ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਸਾਂਝੀ ਵਾਰਤਾ ਦਾ ਪੈਗਾਮ ਹੈ ਉਹ ਪੂਰੇ ਵਿਸ਼ਵ ਨੂੰ ਦੇਣਾ, ਔਰ ਅਸੀਂ ਤਾਂਹੀਓ ਦੇ ਸਕਦੇ ਹਾਂ ਜਦ ਅਸੀਂ ਆਪਸ 'ਚ ਸਕੇ ਭਰਾਵਾਂ ਵਾਂਗੂ ਰਵਾਂਗੇ। ਹਿੰਦੂ, ਮੁਸਲਮਾਨ, ਸਿੱਖ, ਈਸਾਈ, ਦਲਿਤ ਭਾਈਚਾਰਾ ਜਿਹੜਾ ਅਸੀਂ ਬਿਲਕੁਲ ਆਪਸ ਦੇ ਵਿੱਚ ਕੋਈ ਵੀ ਆਪਸ 'ਚ ਨਫ਼ਰਤ ਦੀ ਗੱਲ ਨਾ ਕਰੀਏ, ਲੋਕਾਂ ਨਾਲ ਗੱਲ ਵਕੜੀ ਪਾਈਏ। ਇਹ ਮੁਹੱਬਤ ਦਾ ਪੈਗਾਮ ਜਦ ਬਾਹਰ ਜਾਏਗਾ, ਇਕਬਾਲ ਨੇ ਵੀ ਇਹਨੂੰ ਨਾਨਕ ਦੀ ਧਰਤੀ ਕਿਹਾ ਔਰ ਉਹਨੇ ਕਿਹਾ ਕਿ ਫਿਰ ਉੱਠੀ ਤੌਹੀਦ ਕੀ ਸਦਾ ਪੰਜਾਬ 'ਚ। ਗੁਰੂ ਨਾਨਕ ਦੇਵ ਜੀ ਨੂੰ ਬੜੇ ਉੱਚੇ ਸ਼ਬਦਾਂ 'ਚ ਅਲਾਮਾ ਇਕਬਾਲ ਨੇ ਯਾਦ ਕੀਤਾ, ਅਸੀਂ ਉਹੀ ਪੈਗਾਮ ਜਿਹੜਾ ਅੱਜ ਦੁਨੀਆ ਨੂੰ ਦੇਣਾ ਚਾਹੁੰਦੇ। ਬਾਬਾ ਨਾਨਕ ਕਹਿੰਦੇ ਸਭ ਦਾ ਸਾਂਝਾ ਹੈ, ਬਾਬਾ ਨਾਨਕ ਕਿਸੇ ਇੱਕ ਧਰਮ ਦਾ ਨਹੀਂ ਹੈ ਜਾਂ ਕਿਸੇ ਇੱਕ ਵਿਅਕਤੀ ਦਾ ਨਹੀਂ ਹੈ, ਪਰ ਲੋਕ ਜਿਹੜੇ ਨੇ ਜਿਹੜੇ ਆਪਣੇ ਆਪ ਨੂੰ ਧਰਮ ਦੇ ਨੁਮਾਇੰਦੇ ਕਹਿੰਦੇ ਨੇ ਉਹਨਾਂ ਨੇ ਵੰਡ ਕੇ ਰੱਖ ਦਿੱਤਾ ਧਰਮ ਨੂੰ ਵੀ, ਗੁਰੂਆਂ ਨੂੰ ਵੀ, ਪੀਰਾਂ ਨੂੰ ਵੀ। ਅਸੀਂ ਇਹ ਕਹਿਣਾ ਚਾਹੁੰਦੇ ਹਾਂ ਅੱਜ ਦੇ ਮੌਕੇ 'ਤੇ ਇੱਕ ਵਾਰ ਫਿਰ ਖਾਸ ਕਰ ਸਿੱਖ ਪੰਥ ਨੂੰ ਵੀ ਕਿ ਬਾਬਾ ਨਾਨਕ ਸਾਹਿਬ ਦੀ ਜਿਹੜੀ ਕਿ ਆਪਣੀ 550ਵੀਂ ਸ਼ਤਾਬਦੀ ਅਸੀਂ ਮਨਾ ਰਹੇ, ਇਹਨੂੰ ਵੀ ਸਾਂਝੇ ਤੌਰ 'ਤੇ ਮਨਾਈਏ ਔਰ ਇੱਥੋਂ ਇੱਕ ਨਵਾਂ ਪੈਗਾਮ ਜਿਹੜਾ ਹੈ ਨਵੇਂ ਸਿਰਿਓਂ ਦੁਬਾਰਾ ਪੂਰੀ ਦੁਨੀਆ ਦੇ ਸਾਹਮਣੇ ਲੈ ਕੇ ਜਾਈਏ ਕਿ ਆਓ ਨਾਨਕ ਦੀ ਧਰਤੀ ਤੋਂ ਲੋਕਾਂ 'ਚ ਨਫ਼ਰਤ ਖਤਮ ਕਰੀਏ ਅਤੇ ਪਿਆਰ ਮੁਹੱਬਤ ਵਧਾਈਏ। ਤੁਹਾਡਾ ਇਹ ਬੜਾ ਖੂਬਸੂਰਤ ਸੰਦੇਸ਼ ਹੈ ਜਿਹੜਾ ਅਨੇਕਤਾ ਵਿੱਚ ਏਕਤਾ ਦਾ ਪ੍ਰਤੀਕ ਹੈ, ਇਸ ਸੰਦੇਸ਼ ਦੇ ਰਾਹੀਂ ਕੀ ਲੱਗਦਾ ਕਿ ਲੋਕਾਂ ਨੂੰ ਕਿੰਨੀ ਕੁ ਸੇਧ ਮਿਲੇਗੀ, ਆਉਣ ਵਾਲਾ ਸਮਾਂ ਭਾਈਚਾਰੇ ਨੂੰ ਲੈ ਕੇ ਕਿੰਨਾ ਕੁ ਸਟੀਕ? ਦੇਖੋ ਮੇਰਾ ਮੰਨਣਾ ਜ਼ਾਤੀ ਤੌਰ 'ਤੇ ਇਹ ਹੈ, ਪੰਜਾਬ ਦੀ ਧਰਤੀ ਨੇ ਹਮੇਸ਼ਾ ਲੋਕਾਂ ਨਾਲ ਪਿਆਰ ਵਧਾਇਆ ਔਰ ਪੰਜਾਬ ਦੀ ਧਰਤੀ ਦਾ ਮਾਣ ਇਹੀ ਹੈ ਕਿ ਇਹ ਬਾਬਾ ਨਾਨਕ ਦੀ ਧਰਤੀ ਘੁਆਉਂਦੀ ਹੈ। ਇੱਥੋਂ ਬਹੁਤ ਸਾਰੇ ਪੀਰ, ਮੁਨੀ, ਰਿਸ਼ੀ, ਪੈਗੰਬਰ ਇੱਥੇ ਇਸ ਧਰਤੀ ਤੋਂ ਹੋਏ ਨੇ। ਸ਼ੇਖ ਫਰੀਦ ਸਾਹਿਬ ਰਹਿਮਤੁੱਲਾ ਅਲੈਹ, ਬਾਬਾ ਸ਼ਕਰ ਗੰਜੀ ਸਰਨ ਸ਼ਰੀਫ ਅਤੇ ਬੜੇ ਬੜੇ ਇਮਾਮ ਜਿਹੜੇ ਆ ਉਸ ਧਰਤੀ ਨੇ ਪੈਦਾ ਕੀਤੇ ਨੇ, ਬੜੇ ਬੜੇ ਰਿਸ਼ੀ ਮੁਨੀ ਇਸ ਧਰਤੀ ਨੇ ਪੈਦਾ ਕੀਤੇ ਨੇ। ਮੈਂ ਇਹ ਸਮਝਦਾ ਕਿ ਜੋ ਕੁਛ ਹੋ ਰਿਹਾ 550 ਸਾਲਾਂ ਦੇ ਉੱਤੇ ਇਹਦੇ ਨਾਲ 100% ਨਫ਼ਰਤ ਜਿਹੜੀ ਹੈ ਉਹ ਘਟੇਗੀ, ਬਿਲਕੁਲ ਵਧੇਗੀ ਨਹੀਂ, ਘਟੇਗੀ 100%, ਔਰ ਲੋਕ ਆਪਸ 'ਚ ਪਹਿਲਾਂ ਇਹਨਾਂ ਨੂੰ ਵੱਧ ਕੇ ਆਪਸ 'ਚ ਗੱਲ ਵਕੜੀ ਪਾਉਣਗੇ, ਇਹਦਾ ਫਾਇਦਾ ਹੀ ਹੋਏਗਾ ਕਿਤੇ ਨਾ। ਕਿਸੇ ਵੀ ਧਰਮ ਗ੍ਰੰਥ ਦੇ ਵਿੱਚ ਧਰਮ ਨੂੰ ਲੈ ਕੇ ਲੜਨਾ ਨਹੀਂ ਸਿਖਾਇਆ, ਕੋਈ ਵੀ ਅਜਿਹਾ ਸੁਨੇਹਾ ਨਹੀਂ ਦਿੱਤਾ, ਪਰ ਜਿਹੜਾ ਮਾਹੌਲ ਚੱਲ ਰਿਹਾ ਤੁਸੀਂ ਵੀ ਜਾਣਦੇ ਹੋ ਕਿ ਇਸ ਮਾਹੌਲ ਨੇ ਲੋਕਾਂ ਦੇ ਦਿਲਾਂ ਦਿਮਾਗ ਦੇ ਵਿੱਚ ਕੀ ਇੰਪੈਕਟ ਕੀਤਾ? ਦੇਖੋ ਧਰਮੀ ਲੋਕ ਤਾਂ ਅੱਜ ਵੀ ਨਹੀਂ ਲੜਦੇ ਜੀ, ਧਰਮੀ ਲੋਕ ਤਾਂ ਤੁਸੀਂ ਦੇਖੋ ਸਾਰੇ ਦੂਰ ਦੂਰ ਤੱਕ ਇਕੱਠੇ ਨੇ, ਸਿਆਸੀ ਲੋਕ ਲੜਦੇ ਨੇ, ਸਿਆਸੀ ਲੋਕਾਂ ਨੂੰ ਧਰਮ ਤੋਂ ਦੂਰ ਹੋ ਗਏ, ਅਸੀਂ ਚਾਹੁੰਦੇ ਹਾਂ ਵੀ ਧਰਮ ਦੇ ਵਿੱਚ ਆਉਣ,
ਅਤੇ ਉਹਨਾਂ ਦੇ ਦਿਲਾਂ 'ਚ ਨਫ਼ਰਤ ਖਤਮ ਕਰਕੇ ਮੁਹੱਬਤ ਆਵੇ, ਥੋੜ੍ਹੀ ਨਰਮੀ ਪੈਦਾ ਹੋਵੇ। ਜਦ ਸਿਆਸਤਦਾਨ ਵੀ ਧਰਮੀ ਬਣ ਜਾਣਗੇ ਤਾਂ ਮੈਂ ਸਮਝਦਾ ਫਿਰ ਕਿਸੇ ਧਰਮ ਨੂੰ ਖਤਰਾ ਨਹੀਂ ਰਹੇ। ਬਹੁਤ ਧੰਨਵਾਦ। ਜਾਣ ਤੋਂ ਪਹਿਲਾਂ 550 ਸਾਲਾਂ ਮੌਕੇ 'ਤੇ ਜਿਹੜਾ ਤੁਸੀਂ ਇਹ ਪ੍ਰਬੰਧ ਕੀਤੇ ਨੇ ਸੰਗਤਾਂ ਲਈ, ਇਹਨਾਂ ਬਾਰੇ ਹੋਰ ਕੀ ਖਾਸ ਤੁਸੀਂ ਸੋਚਿਆ ਸੰਗਤਾਂ ਦੇ ਲਈ, ਉਹ ਵੀ ਦੱਸੋ। ਅਸੀਂ ਅਸਲ ਦੇ ਵਿੱਚ ਤਾਂ ਇਹ ਪੈਗਾਮ ਲੋਕਾਂ ਨੂੰ ਇਹ ਦੇਣਾ ਚਾਹੁੰਦੇ ਹਾਂ ਕਿ ਸਾਡੇ 500 ਸਾਲਾਂ ਦੇ ਮੌਕੇ 'ਤੇ ਜਿੱਥੇ ਅਸੀਂ ਗੁਰੂ ਸਾਹਿਬ ਦੀ ਪਾਲਕੀ ਲੰਘੇਗੀ ਉਹਦਾ ਇਹਤਰਾਮ ਕਰਾਂਗੇ। ਮੁਸਲਮਾਨਾਂ ਨੂੰ ਵਾਰ ਵਾਰ ਇੱਕ ਗੱਲ, ਅਸੀਂ ਅੱਜ ਜੁੰਮੇ ਦੀ ਨਮਾਜ਼ ਦੇ ਵਿੱਚ ਵੀ ਇਹ ਸਮਝਾਈ ਗਈ, ਸੁਨੇਹਾ ਦਿੱਤਾ ਗਿਆ ਕਿ ਗੁਰੂ ਨਾਨਕ ਦੀ ਧਰਤੀ ਦੇ ਉੱਤੇ ਇਹ ਪੈਗਾਮ ਆਮ ਕੀਤਾ ਜਾਵੇ ਕਿ ਕਿਸੇ ਵੀ ਤਰੀਕੇ ਦੇ ਨਾਲ ਕਿਸੇ ਨੂੰ ਕੋਈ ਤਕਲੀਫ ਨਾ ਪਹੁੰਚੇ। ਅਗਲੇ ਨੂੰ ਇਹ ਨਾ ਲੱਗੇ ਕਿ ਤੁਸੀਂ ਕਿਸੇ ਦਾ ਅਗਰ ਸਤਿਕਾਰ ਕਰਨ ਜਾ ਰਹੇ ਹੋ ਤਾਂ 2-4 ਲੋਕਾਂ ਨੂੰ ਤਕਲੀਫ ਪਹੁੰਚਾ ਰਹੇ ਹੋ। ਅਸੀਂ ਇਹ ਸਾਰਿਆਂ ਨੂੰ ਕਹਿਣਾ ਚਾਹੁੰਦੇ ਹਾਂ, ਜਿਹੜੇ ਵੀ ਲੋਕ ਗੁਰਪੁਰਬ ਮਨਾ ਰਹੇ ਨੇ, ਨਗਰ ਕੀਰਤਨ ਦੇ ਸਵਾਗਤ ਕਰ ਰਹੇ ਨੇ ਪੂਰੇ ਦੁਨੀਆ 'ਚ, ਪੂਰੇ ਪੰਜਾਬ 'ਚ, ਉਹ ਆਪਣੇ ਪ੍ਰੋਗਰਾਮਾਂ ਦੇ ਦਰਮਿਆਨ ਆਮ ਇਨਸਾਨਾਂ ਦੀ ਜਿਹੜੇ ਦਿਲੀ ਜਜ਼ਬਾਤ ਨੇ ਉਹਨਾਂ ਦਾ ਖਿਆਲ ਰੱਖਣ। ਅਗਰ ਅਸੀਂ ਉਹਨਾਂ ਨੂੰ ਖੁਸ਼ ਕਰ ਲਿਆ ਤਾਂ ਸਮਝੋ ਕਿ ਅਸੀਂ ਬਾਬਾ ਨਾਨਕ ਨੂੰ ਖੁਸ਼ ਕਰ ਲਿਆ। ਬਹੁਤ ਧੰਨਵਾਦ ਜਾਣਕਾਰੀ ਦੇਣ ਦੇ ਲਈ ਅਤੇ ਬਹੁਤ ਧੰਨਵਾਦ ਤੁਹਾਡੇ ਇੰਨੇ ਖੂਬਸੂਰਤ ਸੁਨੇਹੇ ਦੇ ਲਈ। ਤਾਂ ਇਸ ਵੇਲੇ ਅਸੀਂ ਇੱਕ ਵਾਰ ਫਿਰ ਦੱਸ ਦਿੰਦੇ ਹਾਂ ਕਿ ਲੁਧਿਆਣਾ ਸ਼ਹਿਰ ਜਾਮਾ ਮਸਜਿਦ ਦੇ ਬਾਹਰ ਮੌਜੂਦ ਹਾਂ, ਜਿੱਥੇ 550 ਸਾਲਾਂ ਪ੍ਰਕਾਸ਼ ਪੁਰਬ ਮੌਕੇ 'ਤੇ ਜਿਹੜਾ ਨਗਰ ਕੀਰਤਨ ਅੱਜ ਲੁਧਿਆਣਾ ਵਿਖੇ ਸ਼ਿਰਕਤ ਕਰੇਗਾ, ਉਸ ਨਗਰ ਕੀਰਤਨ ਨੂੰ ਲੈ ਕੇ ਸਿੱਖ ਭਾਈਚਾਰੇ ਦੇ ਸਵਾਗਤ ਦੇ ਲਈ ਮੁਸਲਮਾਨ ਭਾਈਚਾਰੇ ਵੱਲੋਂ ਜਿਹੜੇ ਖਾਸ ਪ੍ਰਬੰਧ ਕੀਤੇ ਗਏ ਨੇ, ਇੱਕ ਬੜਾ ਹੀ ਖੂਬਸੂਰਤ ਸੁਨੇਹਾ ਜਿਹੜਾ ਮੁਹੰਮਦ ਉਸਮਾਨ ਜੀ ਵੱਲੋਂ ਲਗਾਇਆ ਗਿਆ, ਤਸਵੀਰ ਤੁਹਾਨੂੰ ਦਿਖਾ ਦਿੰਦੇ ਹਾਂ, ਜਿਹੜੇ ਇੱਥੇ ਸੰਗਤਾਂ ਦੇ ਸਵਾਗਤ ਦੇ ਪ੍ਰਬੰਧ ਕੀਤੇ ਗਏ ਨੇ ਜਾਂ ਸੰਗਤਾਂ ਦੇ ਲਈ ਜਲ ਦਾ ਜਿਹੜਾ ਪ੍ਰਬੰਧ ਕੀਤਾ ਗਿਆ। ਸਾਂਝੀ ਵਾਰਤਾ ਦਾ ਜਿਹੜਾ ਇਹ ਪ੍ਰਤੀਕ ਹੈ, ਸੁਨੇਹਾ ਹੈ, ਜਿਹੜਾ ਉਮੀਦ ਕਰਦੇ ਹਾਂ ਕਿ ਇਹ ਸਮਾਜ ਦੀ ਨੁਹਾਰ ਨੂੰ ਹੋਰ ਚਾਰ ਚੰਨ ਲਗਾਏਗਾ ਇਹ ਸੁਨੇਹਾ। ਤਸਵੀਰ ਤੁਸੀਂ ਦੇਖ ਸਕਦੇ ਹੋ ਲੁਧਿਆਣਾ ਸ਼ਹਿਰ ਜਾਮਾ ਮਸਜਿਦ ਦੇ ਬਾਹਰ ਦੀਆਂ ਤਸਵੀਰਾਂ, ਜਿੱਥੇ ਮੁਸਲਿਮ ਭਾਈਚਾਰੇ ਵੱਲੋਂ ਇੰਟਰਨੈਸ਼ਨਲ ਨਗਰ ਕੀਰਤਨ ਦੇ ਸਵਾਗਤ ਦੀ ਤਿਆਰੀ ਵਿੱਢੀ ਗਈ ਹੈ। ਡੇਲੀ ਪੋਸਟ ਪੰਜਾਬੀ ਵੱਲੋਂ ਵੀ ਤਮਾਮ ਉਹਨਾਂ ਲੋਕਾਂ ਨੂੰ 550 ਸਾਲਾਂ ਮੌਕੇ 'ਤੇ ਜਿਹੜਾ ਇਹੀ ਸੁਨੇਹਾ ਲਗਾਉਣਾ ਚਾਹਾਂਗੇ ਕਿ ਧਰਮ ਦੇ ਨਾਮ 'ਤੇ ਲੜਨ ਦੀ ਬਜਾਏ, ਕਿਉਂਕਿ ਬਾਬਾ ਨਾਨਕ ਸ਼ਬਦ ਹੈ, ਬਾਬਾ ਨਾਨਕ ਨੇ ਹਮੇਸ਼ਾ ਸਾਂਝੀ ਵਾਰਤਾ ਦਾ ਹੀ ਸੁਨੇਹਾ ਦਿੱਤਾ ਹੈ, ਅਤੇ ਇਸੇ ਤਰ੍ਹਾਂ ਮਿਲ ਕੇ ਰਹੋ ਅਤੇ ਸਮਾਜ ਜਿਹੜਾ ਹੋਰ ਖੂਬਸੂਰਤ ਬਣੇਗਾ। ਇਸ ਪੇਸ਼ਕਸ਼ ਫਿਲਹਾਲ ਇਹਨਾਂ ਹੀ, ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਸੁਮਨ ਜੇਟਲੀ, ਡੇਲੀ ਪੋਸਟ ਪੰਜਾਬੀ, ਲੁਧਿਆਣਾ।